ਲਓ ਜੀ ਵਾਧੂ ਕਬਜ਼ੇ ਜਿਹੜੇ ਨੇ ਆਈ ਥਿੰਕ ਉਹ ਢਾਏ ਜਾ ਰਹੇ ਨੇ ਬਠਿੰਡਾ ਮਾਲ ਰੋਡ ਤੇ 6 ਅਪ੍ਰੈਲ ਤੇ ਸਵੇਰ ਦਾ 11 ਵਜਣ ਦੇ ਵਿੱਚ ਕੋਈ 20-22 ਮਿੰਟ ਮਾਲ ਰੋਡ ਤੇ ਜੀ ਇਹ ਸ਼ੁਰੂਆਤ ਆਈ ਥਿੰਕ ਇਧਰੋਂ ਕੀਤੀ ਗਈ ਹੈ ਇਨਕਰੋਚਮੈਂਟ ਜਿਹੜੀ ਸੀ ਉਹਨੂੰ ਤੁਸੀਂ ਵੇਖ ਲਓ ਨਗਰ ਨਿਗਮ ਬਠਿੰਡਾ ਵੱਲੋਂ
ਤੁਸੀਂ ਵੇਖੋ ਪੰਜਾ ਸਰਕਾਰੀ ਪੰਜਾ ਜਿਹੜਾ ਦਿਆ
ਸ਼ਾਨਦਾਰ ਸੀ ਸਿਟੀ ਹਾਲ, ਉਹਦੇ ਬਾਅਦ ਜਿਹੜੀ ਹੈ ਦੇਖੋ ਜੀ। ਇਹ ਸਾਰੀ ਜਿਹੜੀ ਸੀਗੀ ਫਾਲਤੂ ਥਾਂ ਲੇਟ ਹੋ ਗਏ। ਹਾਂ, ਮੈਂ ਏਮਸ 'ਚ ਸੀ। ਆਹ ਦੇਖੋ ਲਾਈਵ ਤੁਸੀਂ ਦੇਖ ਰਹੇ ਹੋ ਵੀ ਇਸ ਇਨਕਰੋਚਮੈਂਟ ਵਾਰ ਕੇ ਲਾਇਆ ਇੱਧਰ। ਹਾਂਜੀ, ਇਹ ਜਿਹੜੀ ਹੈ ਆਹ ਦੇਖ ਲਓ ਤੁਸੀਂ, ਸਾਰਾ ਅਤੇ ਮੈਨੂੰ ਲੱਗਦਾ ਦੋ ਦੋ ਪੌੜੀਆਂ ਜਿਹੜੀਆਂ ਨੇ ਉਹ ਢਾਹ ਦਿੱਤੀਆਂ ਗਈਆਂ ਇੱਧਰੋਂ। ਔਰ ਆਹ ਵੀ ਆ ਸਾਰਾ, ਹਾਂਜੀ ਸਾਰੀ ਕਰਤੀ। ਆਹ ਤੁਸੀਂ ਦੇਖੋ ਆ ਇਹ
ਸੀਗਾ ਜਿਨ੍ਹਾਂ ਨੇ ਵਾਧੂ ਥਾਂ ਰੋਕੀ ਹੋਈ ਸੀ। ਇਹ ਅੱਜ ਢਾਈ ਜਾ ਰਹੀ ਹੈ ਵੇਖੋ ਮਸ਼ੀਨਾਂ ਦੀ ਕਿੰਨੀ ਹੈ।
ਪੰਜਾਬ ਇੰਸਟਰਕਸ਼ਨਸ ਨਾਲ ਨਾਲ ਦਿੱਤੀਆਂ ਜਾ ਰਹੀਆਂ ਕਿੱਥੋਂ ਕਿੱਥੋਂ ਕਿੰਨਾ ਕਿੰਨਾ ਢਾਣਾ ਹੈ ਅਤੇ ਬਠਿੰਡਾ ਮਾਲ ਰੋਡ ਦੇ ਸਾਹਮਣੇ ਅਤੇ ਆਹ ਦੇਖੋ ਜੀ ਤੁਸੀਂ ਪੂਰਾ ਸਾਫ ਕਰ ਦਿੱਤਾ ਅੱਜ ਆਹ ਹਾਲ ਹੈ ਮੇਰੇ ਸ਼ਹਿਰ ਦੇ ਵਿੱਚ ਮਾਲ ਰੋਡ 'ਤੇ ਇਨਕਰੋਚਮੈਂਟ ਜਿਹੜੀ ਸੀ ਉਹ ਅੱਜ ਇਹਨਾਂ ਨੇ ਆ ਕੇ ਕੀ ਹਾਲ ਆ ਮੇਰੇ ਸ਼ਹਿਰ ਦਾ ਠੀਕ ਹੈ ਜੀ ਬਹੁਤ ਵਧੀਆ ਤੁਸੀਂ ਸੁਣਾਓ ਅਤੇ ਬਹੁਤ ਵਧੀਆ ਜੀ ਚੰਗੀ ਗੱਲ ਕਿ ਕਹਿ ਲਈਏ ਵੀ ਆਪਣੀ ਥਾਂ ਫਿਰ ਵਾਪਸ ਪਰ ਆ ਦੇਖੋ